ਫਤਿਹਗੜ੍ਹ ਸਾਹਿਬ ਦੇ ਪਿੰਡ ਬਰੋਂਗਾ ਚੇਰ ਦੇ ਵਸਨੀਕ ਸੁਖਵਿੰਦਰ ਸਿੰਘ ਨੇ ਫਤਿਹਗੜ੍ਹ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਥਾਣਾ ਅਮਲੋਹ ਦੇ ਤਤਕਾਲੀ SHO ਸਮੇਤ ਹੋਰ ਕਈ ਪੁਲਿਸ ਮੁਲਾਜ਼ਮਾਂ ਉੱਤੇ ਉਸ ਖਿਲਾਫ਼ ਨਸ਼ੀਲੀਆਂ ਗੋਲੀਆਂ ਦਾ ਕਥਿਤ ਨਜਾਇਜ਼ ਮੁਕਦਮਾ ਦਰਜ ਕਰਨ ਦੇ ਕਥਿਤ ਦੋਸ਼ ਲਗਾਏ ਨੇ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਨੇ ਦੱਸਿਆ ਕਿ 10 ਸਤੰਬਰ 2012 ਨੂੰ ਉਸ ਦੇ ਖਿਲਾਫ਼ NDPS ਐਕਟ ਦੀ ਧਾਰਾ 22-61-85 ਅਧੀਨ ਮੁਕਦਮਾ ਦਰਜ ਕੀਤਾ ਸੀ। ਉਸਨੇ ਕਿਹਾ ਕਿ ਇਹ ਮੁਕਦਮਾ ਝੂਠਾ ਸੀ, ਇਸ ਕਰਕੇ ਉਸ ਵੱਲੋਂ ਜ਼ਮਾਨਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ DGP ਅਤੇ ਹੋਰ ਕਈ ਉੱਚ ਅਧਿਕਾਰੀਆਂ ਨੂੰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਸੀ। ਉਸਨੇ ਕਿਹਾ ਕਿ ਉਸਨੂੰ ਅਦਾਲਤ ਵੱਲੋਂ ਵੀ ਇਸ ਮੁਕਦਮੇ ਵਿੱਚੋਂ ਬਰੀ ਕਰ ਦਿੱਤਾ ਸੀ, ਜਿਸ ਤੋਂ ਸਾਫ਼ ਸਿੱਧ ਹੁੰਦਾ ਹੈ ਕਿ ਉਹ ਬੇਕਸੂਰ ਸੀ। ਨੌਜਵਾਨ ਨੇ ਕਿਹਾ ਕਿ ਉਸ ਉੱਤੇ ਜਦੋਂ ਮਾਮਲਾ ਦਰਜ ਕੀਤਾ ਸੀ ਉਦੋਂ ਉਸਦੀ ਪਤਨੀ ਕੋਲ ਕਰੀਬ 1 ਮਹੀਨੇ 10 ਦਿਨ ਦਾ ਪੁੱਤਰ ਸੀ, ਜਿਸ ਦੇ ਚਲਦਿਆਂ ਡਾਕਟਰਾਂ ਵੱਲੋਂ ਉਸਨੂੰ 3 ਮਹੀਨੇ ਦਾ ਆਰਾਮ ਕਰਨ ਲਈ ਕਿਹਾ ਗਿਆ ਸੀ, ਜਿਸ ਨੂੰ ਲੈ ਕੇ ਉਹ ਕਦੇ ਜੇਲ੍ਹ DGP ਦਫ਼ਤਰ ਅਤੇ ਕਦੇ ਅਦਾਲਤ ਦੇ ਚੱਕਰ ਕੱਟਦੀ ਰਹੀ। ਉਸਨੇ ਕਿਹਾ ਕਿ ਉਸਦੇ ਪਰਿਵਾਰ ਨੂੰ ਬਿਨਾਂ ਵਜ੍ਹਾ ਤੋਂ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ ਹੈ। ਉਸਨੇ ਕਿਹਾ ਕਿ ਮੈਂ ਵਕਾਲਤ ਕਰਨੀ ਸੀ, ਪਰ ਜੇਲ੍ਹ ਜਾਣ ਅਤੇ ਕੇਸ ਦੇ ਚਲਦਿਆਂ ਮੇਰੀ ਪੜ੍ਹਾਈ ਵੀ ਛੁੱਟ ਗਈ ਸੀ ਅਤੇ ਹੁਣ ਕਰੀਬ 8 ਸਾਲ ਬਾਅਦ ਮੁੜ ਤੋਂ ਵਕਾਲਤ ਦੀ ਪੜ੍ਹਾਈ ਸ਼ੁਰੂ ਕੀਤੀ ਹੈ। ਉਕਤ ਪੀੜਤ ਪਰਿਵਾਰ ਨੇ ਮੰਗ ਕੀਤੀ ਕਿ ਉਕਤ ਮੁਲਾਜ਼ਮਾਂ ਖਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੈਂ ਜੀ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ ਹੈ ਜੀ ਅਤੇ 2 ਡਿਪਲੋਮੇ ਕੀਤੇ ਨੇ ਜੀ ਅਤੇ 1 ITI ਕੀਤੀ ਹੈ ਜੀ ਸਮਾਲ ਇੰਡਸਟਰੀ ਦੀ ਲੁਧਿਆਣੇ ਤੋਂ ਗਵਰਨਮੈਂਟ ਆਫ ਇੰਡੀਆ। ਜੀ ਅਸਲ 'ਚ ਪਹਿਲਾਂ ਤੋਂ ਜੀ ਐਡਵੋਕੇਟ ਬਣਨ ਦੀ ਸਲਾਹ ਸੀਗੀ ਜੀ ਅਤੇ ਜਿਹੜਾ ਕਿ ਮੈਂ ਕੰਮ ਉਦੋਂ ਕਰ ਲੈਣਾ ਸੀ ਉਹ ਕੰਮ ਮੈਂ ਹੁਣ ਇੰਨੇ ਸਾਲ 7-8 ਸਾਲ ਜੇਲ੍ਹ 'ਚ ਖਰਾਬ ਹੋਣ ਤੋਂ ਬਾਅਦ 'ਚ ਜੀ ਉਹ ਮੈਂ ਹੁਣ ਕਰ ਰਿਹਾ ਹੈ। ਇਸ ਵੇਲੇ ਮੈਂ ਲਿੰਕਨ ਕਾਲਜ ਸਰਹੰਦ ਦੇ ਵਿੱਚ ਲਾਅ ਕਰ ਰਿਹਾ। ਮੇਰੇ ਪੜ੍ਹਨ ਦੇ ਦੌਰਾਨ ਜੀ ਜਦੋਂ ਮੈਂ ਜੀ ਪੜ੍ਹ ਹੀ ਰਿਹਾ ਸੀਗਾ ਜੀ ਉਸ ਤੋਂ ਬਾਅਦ ਦੇ ਵਿੱਚ ਅਤੇ ਮੇਰੇ ਕੋਲ ਜੀ ਪਿੰਡ ਦੀ ਪੰਚਾਇਤ ਦੇ ਬਾਰੇ ਵੀ ਆਏ ਕਹਿਣ, ਕਹਿੰਦੇ ਵੀ ਤੂੰ ਪਿੰਡ ਦੀ ਪੰਚਾਇਤ ਨੂੰ ਲੈ ਕੇ ਥਾਣੇ ਪੇਸ਼ ਹੋ ਵੀ ਤੈਨੂੰ SHO ਸਾਹਿਬ ਨੇ ਬੁਲਾਇਆ। ASI ਸਾਹਿਬ ਸਿੰਘ 10 ਸਤੰਬਰ ਤੋਂ ਲੈ ਕੇ ਜੀ 2012 ਦੇ ਵਿੱਚ ਅਤੇ 14 ਸਤੰਬਰ ਤੱਕ ਮੇਰੇ ਪਿੰਡ ਗੇੜੇ ਮਾਰਦਾ ਰਿਹਾ ਜੀ। ਉਹ ਕਹਿ ਸੀਗੇ ਵੀ ਤੈਨੂੰ SHO ਮਲੋਹ ਨੇ ਬੁਲਾਇਆ ਹੈ, SHO ਦਲੀਪ ਕੁਮਾਰ ਬੇਦੀ ਬੁਲਾ ਕੇ ਜੀ ਅਸੀਂ ਪਿੰਡ ਦੀ ਪੰਚਾਇਤ ਸਮੇਤ ਸਰਪੰਚ ਸਾਹਿਬ ਬੈਠੇ ਨੇ ਬਾਕੀ ਮੈਂਬਰ ਬੈਠੇ ਨੇ ਪਿੰਡ ਦੀ ਕਿਹਾ ਅਸੀਂ ਇਹਨਾਂ ਨੂੰ ਨਾਲ ਲੈ ਕੇ ਗਏ 14 ਸਤੰਬਰ 2012 ਨੂੰ ਜੀ ਥਾਣੇ 'ਚ ਅਤੇ ਉਸ ਦਿਨ ਇਹਨਾਂ ਨੂੰ ਵਾਪਸ ਭੇਜਤਾ ਪਿੰਡ। ਮੈਨੂੰ ਇਹਨਾਂ ਨੂੰ ਕਹਿ ਦਿੱਤਾ ਕਿ ਇਸ ਤੋਂ ਕੁਝ ਪੁੱਛ ਗਿੱਛ ਕਰਨੀ ਹੈ ਅਤੇ ਜਦੋਂ ਮੈਂ ਪੁੱਛ ਗਿੱਛ ਇਹਨਾਂ ਨੂੰ ਬਾਅਦ 'ਚ ਪੁੱਛ ਗਿੱਛ ਮੇਰੇ ਤੋਂ ਕੀਤੀ ਜੀ ਅਤੇ ਉਦੋਂ ਸ਼ਾਮ ਨੂੰ ਇਹਦੇ ਨਾਲ ਮੈਨੂੰ ਤੋੜ ਦਿੱਤਾ। ਜਦੋਂ ਉਦੋਂ ਦੁਬਾਰਾ ਅਗਲੇ ਦਿਨ ਫਿਰ ਬੁਲਾ ਲਿਆ, ਫਿਰ ਅਗਲੇ ਦਿਨ 15 ਤਰੀਕ ਨੂੰ ਜੀ ਜਦੋਂ ਮੈਨੂੰ ਫਿਰ ਉੱਥੇ ਰੱਖ ਲਿਆ, ਇਹਨਾਂ ਨੂੰ ਵਾਪਸ ਭੇਜਤਾ ਪੰਚਾਇਤ ਨੂੰ ਜੀ, ਮੁੜ ਕੇ ਮੈਨੂੰ ਛੱਡਿਆ ਨਹੀਂ ਅਤੇ 16 ਤਰੀਕ ਨੂੰ ਮੇਰੇ ਉੱਪਰ ਝੂਠਾ ਪਰਚਾ NDPS 4000 ਗੋਲੀਆਂ 22-85 ਪਾ ਕੇ ਮੈਨੂੰ ਨਾਭਾ ਜੇਲ੍ਹ ਸਿਕਿਉਰਟੀ ਜੇਲ੍ਹ 'ਚ ਭੇਜ ਦਿੱਤੇ। ਮੈਂ ਤਾਂ ਜੀ ਦੇਖੋ ਇਹੀ ਮੰਗ ਕਰਨੀ ਚਾਹੁੰਦਾ ਜੀ, ਦੇਖੋ ਜੀ ਮੇਰਾ ਇੰਨੇ ਸਰਟੀਫਿਕੇਟ ਨੇ ਥੱਬਾ ਸਰਟੀਫਿਕੇਟਾਂ ਦਾ ਜੀ, ਪਰ ਆਹ 2 ਜੇਲ੍ਹ ਦੇ ਸਰਟੀਫਿਕੇਟਾਂ ਨੇ ਮੇਰੇ ਸਾਰੇ ਸਰਟੀਫਿਕੇਟਾਂ ਦਾ ਵਜ਼ਨ ਤੋਲ ਕੇ ਰੱਖ ਦਿੱਤੇ, ਮੇਰੇ ਨਾਲ ਬਿਲਕੁਲ ਨਜਾਇਜ਼ ਹੋਈ ਹੈ ਜੀ। ਮੈਂ ਤਾਂ ਇਹੀ ਗੱਲ ਕਹਿੰਦਾ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ, ਮੁੱਖ ਮੰਤਰੀ ਸਾਡੇ ਮਾਣਯੋਗ, ਅਤੇ ਵੀ ਕੋਈ ਇਹੋ ਜਿਹਾ ਇਨਕੁਆਇਰੀ ਕਮਿਸ਼ਨ ਇਸ ਤਰ੍ਹਾਂ ਕਮਿਸ਼ਨ ਬਣਾਇਆ ਜਾਵੇ ਜਿਹੜਾ ਕਿ ਜਿਸ ਤਰ੍ਹਾਂ ਜੇਲ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਨਜਾਇਜ਼ ਬੰਦੇ ਫਸੇ ਹੋਏ ਬੈਠੇ ਨੇ ਜਿਹੜੇ ਜਿਹਦੇ ਕਿ ਆਪਦਾ ਕੇਸ ਵੀ ਨਹੀਂ ਲੜਨ ਜੋਗੇ, ਉਹਨਾਂ 'ਤੇ ਵੀ ਇਨਕੁਆਇਰੀ ਕਰਕੇ ਉਹਨਾਂ ਨੂੰ ਵੀ ਬਾਹਰ ਕੱਢਿਆ ਜਾਵੇ। 70-80% ਬੰਦੇ ਸਭ ਜੇਲ੍ਹ 'ਚ ਨਜਾਇਜ਼ ਹੀ ਬੈਠੇ ਨੇ। ਜੱਜ ਸਾਹਿਬ ਨੇ ਜੀ ਪਹਿਲਾਂ 6 ਦੀ ਔਡਰ ਬਣਾਏ ਸੀਗੇ ਜੀ, ਉਸ ਦੇ ਵਿੱਚ 4 ਬੰਦੇ ਦੋਸ਼ੀ ਸਨ ਅਤੇ ਬਾਅਦ ਦੇ ਵਿੱਚ ASI ਬਲਵੀਰ ਸਿੰਘ ਨੂੰ ਕੱਢ ਦਿੱਤਾ ਸੀਗਾ ਜੀ। ਅਤੇ ਮੈਂ ਕਹਿੰਦਾ ਜੀ ASI ਬਲਵੀਰ ਸਿੰਘ ਨੂੰ ਵੀ ਜੋ ਕਿ ਮੇਰੇ ਕੇਸ ਦੇ ਵਿੱਚ ਫੁੱਲ ਪੂਰਾ ਕਸੂਰਵਾਰ ਹੈ ਜੀ, ਉਸ ਨੂੰ ਵੀ ਦੁਬਾਰਾ ਲਿੱਤਾ ਜਾਵੇ ਟ੍ਰਾਇਲ ਦੇ ਵਿੱਚ। ਅਤੇ SHO ਦਲੀਪ ਕੁਮਾਰ ਬੇਦੀ ਜੀ ਉਹ ਆਸਟ੍ਰੇਲੀਆ ਨੂੰ ਭੱਜ ਗਿਆ ਜੀ, ਫੋਰਨ ਕੰਟਰੀ ਵੱਗ ਗਿਆ ਜੀ, ਜੇਲ੍ਹ ਜਾਣ ਤੋਂ ਡਰਦਾ ਵਾ। ਮੈਂ 6 ਮਹੀਨੇ ਜੇਲ੍ਹ ਰਿਹਾ ਜੀ ਅਤੇ ਉਹ ਜਦੋਂ ਮੇਰੇ 'ਤੇ ਪਰਚਾ ਹੋਇਆ ਉਦੋਂ ਆਹ ਦੇਖੋ ਕਾਗਜ਼, ਉਦੋਂ ਮੇਰੀ ਵਾਈਫ ਦੇ ਕੋਲ 1 ਮਹੀਨਾ 20 ਦਿਨ ਦਾ ਬੇਟਾ ਸੀਗਾ ਜੀ, ਜਦ ਉਹ ਜੋ ਕਿ ਵੱਡੇ ਆਪਰੇਸ਼ਨ ਨਾਲ ਹੋਇਆ ਸੀ, ਅਤੇ ਮੇਰੀ ਵਾਈਫ ਨੂੰ 3 ਮਹੀਨੇ ਦੀ ਬੈੱਡ ਰੈਸਟ ਦਿੱਤੀ ਸੀ ਅਤੇ ਜੋ ਕਿ ਮੇਰੇ ਕੇਸ ਦੇ ਵਿੱਚ ਬੱਚੇ ਸਮੇਤ ਜੋ ਕੋਰਟ ਕਚਹਿਰੀਆਂ 'ਚ ਗੇੜੇ ਕੱਢਦੀ ਰਹੀ। ਅਤੇ ਮੇਰਾ ਫਾਦਰ ਬਹੁਤ ਜ਼ਿਆਦਾ ਘੁੰਮਿਆ ਜੀ ਮੇਰੇ ਕੇਸ 'ਚ, ਉਹਨਾਂ ਉਹ ਐਕਸ ਸਰਵਿਸਮੈਨ ਸੀਗੇ ਜੀ ਆਰਮੀ 'ਚੋਂ ਰਿਟਾਇਰ ਸੀ, ਅਤੇ ਉਹਨਾਂ ਨੂੰ ਉਸ ਟਾਈਮ ਕੋਈ ਬਿਮਾਰੀ ਨਹੀਂ ਸੀਗੀ ਜੀ, ਗੁਰਮਰਧਾਰੀ ਗੁਰਸਿੱਖ ਦੀ। ਇਹਦੇ ਵਿੱਚ SHO ਦਲੀਪ ਕੁਮਾਰ ਬੇਦੀ ਜਮਾਲਪੁਰਾ ਕਲੋਨੀ ਲੁਧਿਆਣਾ, ਠੀਕ ਹੈ, ਅਤੇ SI ਦਰਸ਼ਨ ਸਿੰਘ ਬਮਨਾੜਾ ਮਰਿੰਡਾ, ASI ਦੀਪ ਸਿੰਘ ਭਾਗਵਾਲਾ ਪਰੋਟਾ ਅਨੰਦਪੁਰ ਸਾਹਿਬ, ASI ਬਲਵੀਰ ਸਿੰਘ 373 ਨੰਬਰ ਪਟਿਆਲਾ। ਪਿੰਡ ਦੇ ਬੰਦੇ ਦਾ ਵੈਸੇ ਮੈਨੂੰ ਤਾਂ ਪਤਾ ਨਹੀਂ ਹੈਗਾ ਜੀ, ASI ਬਲਵੀਰ ਸਿੰਘ ਆ ਵੀਡੀਓ ਹੈ ਜੀ, ਇਹਦੇ ਵਿੱਚ ਵੀਡੀਓ ਹੈ ASI ਬਲਵੀਰ ਸਿੰਘ, ਇਹਦੇ ਵਿੱਚ ਮੇਰੇ ਪਿੰਡ ਦੇ ਬੰਦਿਆਂ ਦਾ ਨਾਂ ਲੈ ਰਿਹਾ ਹੈ, ਕਹਿੰਦਾ ਵੀ ਤੇਰੇ ਉੱਪਰ ਉਹਨਾਂ ਨੇ ਪਰਚਾ ਪਵਾਇਆ ਹੈ। ਇਹ ਜਿਹੜਾ ਸੁਖਵਿੰਦਰ ਹੈ ਇਹ ਮੁੰਡਾ ਪਹਿਲਾਂ ਭਲਵਾਨੀ ਵੀ ਕਰਦਾ ਰਿਹਾ ਅਤੇ ਇਹਨੇ ਆਪਣੀ ਐਜੂਕੇਸ਼ਨ ਆਪਣੀ ਪੂਰੀ ਮਤਲਬ ਉਹਦੇ ਵਿੱਚ ਲੱਗਿਆ ਹੋਇਆ ਸੀਗਾ,
ਤੇ ਇਹਨੂੰ ਉੱਥੇ ਥਾਣੇ ਦੇ ਵਿੱਚ ਬੁਲਾ ਕੇ ਬਕਾਇਦਾ ਇਹਦੇ 'ਤੇ ਝੂਠਾ ਪਰਚਾ ਦਰਜ ਕਰਤਾ, ਬਕਾਇਦਾ ਉਹਦੇ 'ਚ FIR 'ਚ ਦਰਜ ਕੀਤਾ ਵੀ ਇਹਨੂੰ ਕਿਤੇ ਕੈਂਚੀਆਂ ਕੁੰਚੀਆਂ ਦੇ ਨਾਕੇ 'ਤੇ ਫੜਿਆ, ਜਦ ਕਿ ਇਹਨੂੰ ਘਰੋਂ ਲੈ ਕੇ ਗਏ ਸੀਗੇ, ਪੰਚਾਇਤ ਨਾਲ ਲੈ ਕੇ ਗਏ ਸੀ। ਉਦੋਂ ਬਾਅਦ ਇਹਦਾ ਜਿਹੜਾ ਇਹਦਾ ਕੈਰੀਅਰ ਤਬਾਹ ਹੋ ਗਿਆ, ਕਿਉਂਕਿ ਇਹਦੀ ਐਜੂਕੇਸ਼ਨ ਛੁੱਟ ਗਈ, ਫਿਰ ਇਹਦੀ ਜਿਹੜੇ ਬੱਚਿਆਂ ਸੀਗਾ ਅੱਗੇ ਉਹ ਛੋਟਾ, ਉਹਦੀ ਵੀ ਪ੍ਰੋਬਲਮ ਆਈ, ਕਿਉਂਕਿ ਇਹਦੀ ਵਾਈਫ ਉਹਨੂੰ ਲੈ ਕੇ ਕਦੇ CM ਦਾ ਦਫ਼ਤਰ, ਕਦੇ DGP ਆਫਿਸ, ਅਤੇ ਕਦੇ ਕੋਰਟ ਦੇ ਵਿੱਚ ਉਹਨੇ ਜਾਣਾ। ਅਤੇ ਇਹ ਵਕੀਲ ਬਣਨਾ ਚਾਹੁੰਦਾ ਸੀਗਾ, ਜਿਹੜੇ ਇਹਦੇ 7-8 ਸਾਲ ਜ਼ਿੰਦਗੀ ਦੇ ਬਹੁਤ ਜ਼ਿਆਦਾ ਬਰਬਾਦ ਹੋ ਗਏ। ਜਿਹੜੇ ਹੁਣ ਇਹ ਬੱਚਾ ਮਤਲਬ ਅੱਗੇ ਵਕੀਲ ਹੁਣ ਨੂੰ ਬਣ ਜਾਂਦਾ, ਜਿਹੜਾ ਦੁਬਾਰਾ ਹੁਣ ਨਵੇਂ ਸਿਰੇ ਤੋਂ ਪੜ੍ਹਾਈ ਸ਼ੁਰੂ ਕੀਤੀ ਇਹਨੇ। ਦੇਖੋ ਜਿਹੜਾ ਪੰਜਾਬ ਦੇ ਵਿੱਚ ਕਿਸੇ ਵੀ ਕਿਸਮ ਦਾ ਕਿਸੇ 'ਤੇ ਵੀ ਨਜਾਇਜ਼ ਪਰਚਾ ਪੈਂਦਾ, ਇਹ ਬਿਲਕੁਲ ਪੈਣਾ ਨਹੀਂ ਚਾਹੀਦਾ। ਜਿਹੜੇ ਦੋਸ਼ੀ ਨੇ, ਚਾਹੇ ਉਹ ਪੁਲਿਸ ਮੁਲਾਜ਼ਮ ਹੋਣ, ਚਾਹੇ ਉਹ ਕੋਈ ਹੋਰ ਬੰਦਾ ਹੋਵੇ, ਉਹਨੂੰ ਸਜ਼ਾ ਮਿਲਣੀ ਚਾਹੀਦੀ ਆ। ਇਹਨਾਂ ਦੇ ਜਿਹੜੇ ਫਾਦਰ ਸਾਹਿਬ ਸੀਗੇ ਉਹ ਗੁਰਸਿੱਖ ਬੰਦੇ ਸੀ, ਮਿਲਟਰੀ 'ਚੋਂ ਰਿਟਾਇਰਡ ਸੀਗੇ, ਉਹ ਵੀ ਡਿਪਰੈਸ਼ਨ, ਇਸ ਕੇਸ ਦੇ ਡਿਪਰੈਸ਼ਨ ਕਰਕੇ ਉਹਨਾਂ ਦੇ ਗੁਰਦੇ ਫੇਲ ਹੋ ਗਏ, BP ਉਹਨਾਂ ਦਾ ਹਾਈ ਰਹਿਣ ਲੱਗ ਗਿਆ ਸੀ, ਉਹਨਾਂ ਦੀ ਡੈਥ ਇਸ ਕੇਸ ਦੇ ਬਦੌਲਤ ਹੋਈ। ਇਹਦੇ ਪੁਲਿਸ ਵਾਲਿਆਂ ਨੇ ਘਰ ਆਏ ਤੇ ਚਲੋ ਇਹ ਘਰ ਮਿਲਿਆ ਨਹੀਂ, ਇਹ ਸਾਡੇ ਪਿੰਡ ਨੂੰ ਕਹਿ ਗਏ ਵੀ ਕਹਿੰਦੇ ਹੁਣ ਪੇਸ਼ ਕਰੋ ਸਾਡੇ ਕੋਲ। ਨਾਲ ਅਸੀਂ ਬੰਦੇ ਬਹੁਤ ਵਾਰ ਬੰਦੇ ਪਿੰਡ ਦੇ ਨੂੰ ਲੈ ਗਏ ਜੀ, ਪੇਸ਼ ਕਰਿਆ ਜੀ ਉੱਥੇ ਜਾ ਕੇ, ਸ਼ਾਮ ਨੂੰ ਸਾਡੇ ਨਾਲ ਭੇਜਤਾ ਜੀ ਇਹ ਘਰ ਪਿੰਡ ਨੂੰ। ਦੂਏ ਦਿਨ ਫਿਰ ਲੈ ਗਏ ਜੀ, ਕਹਿੰਦੇ ਕੱਲ੍ਹ ਨੂੰ ਲਿਆਇਓ, ਲਗਾਏ ਹੋਏ ਜੀ, ਫਿਰ ਦੂਏ ਦਿਨ ਸਾਡੇ ਨਾਲ ਤੋਰਿਆ ਨਹੀਂ ਇਹ। ਅਸੀਂ ਤਾਂ ਕਹਿੰਦੇ ਵੀ ਜਿਹੜੇ ਉਹ ਝੂਠੇ ਪਰਚੇ ਬੰਦ ਗਏ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਗਰਮੀਆਂ ਲਈ ਬਹਾਦਰ ਸਿੰਘ ਟਵਾਣਾ ਦੀ ਰਿਪੋਰਟ।